ਯਾਰ ਤੁਸੀਂ ਆਪ ਪਲੀਜ਼ ਕਾਈਂਡਲੀ ਕਾਈਂਡਲੀ ਅੱਛਾ ਕੱਲ ਜਿਹੜਾ ਇਨਸੀਡੈਂਟ ਹੋਇਆ ਇੱਥੇ ਕੱਲ ਜੋ ਇਨਸੀਡੈਂਟ ਹੁਆ ਹੈ ਯਹਾਂ ਪਰ ਇੰਟੈਲੀਜੈਂਸ ਹੈਡਕੁਆਟਰ ਮੇਂ ਉਸਕੋ ਲੈ ਕੇ ਆਜ ਹਮਨੇ ਇੱਕ ਮੀਟਿੰਗ ਕੀ ਹੈ ਇੰਟੈਲੀਜੈਂਸ ਕੇ ਆਫਿਸਰ ਹੈ ਔਰ ਜ਼ਿਲ੍ਹਾ ਪੁਲਿਸ ਕੇ ਐਸ ਐਸ ਪੀ ਸਾਹਿਬ ਔਰ ਐਸ ਡੀ ਆਈ ਜੀ ਸਾਹਿਬ ਹੈ ਇਸ ਕੇਸ ਕੋ ਫੇਸ ਕਰਨੇ ਕੇ ਲੀਏ ਹਮ ਲੋਕ ਪੂਰੇ ਐਫਰਟਸ ਕਰ ਰਹੇ ਹੈ ਹਮਾਰੇ ਪਾਸ ਲੀਡ ਹੈ ਔਰ ਜਲਦੀ ਹੀ ਹਮ ਇਸ ਕੇਸ ਕੋ ਸੋਲਵ ਕਰ ਲੇਂਗੇ ਅਭੀ 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 ਇਨਵੈਸਟੀਗੇਸ਼ਨ ਚੱਲ ਰਹਾ ਹੈ ਜਬ ਵੀ ਹੋਗਾ ਆਪਕੋ ਬਤਾ ਦਿਆ ਜਾਏਗਾ ਲੇਕਿਨ ਦੇਖੀਏ ਇਸ ਮੇ ਜੈਸਾ ਵੀ ਅਟੈਕ ਨਿਕਲੇਗਾ ਆਪਕੋ ਬਤਾ ਦੇਂਗੇ ਮੇਨ ਯੇ ਹੈ ਕਿ ਆਪਕੋ ਪਤਾ ਹੀ ਹੈ ਕਿ ਇੱਕ ਪ੍ਰੋਜੈਕਟਾਈਲ ਨੇ ਹਿੱਟ ਕੀਆ ਹੈ ਔਰ ਉਸ ਮੇ ਜੋ ਐਕਸਪਲੋਜਿਵ ਇਸਤੇਮਾਲ ਹੁਆ ਹੈ ਵੋ ਟੀ ਐਨ ਟੀ ਲੱਗ ਰਹਾ ਹੈ ਬਾਕੀ ਇਸ ਮੇ ਜਿਸ ਤਰੀਕੇ ਸੇ ਇੰਸੀਡੈਂਟ ਹੁਆ ਹੈ ਸ਼ਾਮ ਕੇ ਟਾਈਮ ਉਸ ਟਾਈਮ ਕਮਰੇ ਮੇਂ ਕੋਈ ਨਹੀਂ ਥਾ ਔਰ ਇੰਪੈਕਟ ਦੀਵਾਰ ਪੇ ਆਇਆ ਇਸ ਲਈ ਨੁਕਸਾਨ ਕੋਈ ਨਹੀਂ ਹੁਆ ਹੈ ਔਰ ਲੇਕਿਨ ਯੇ ਚੈਲੇਂਜ ਹੈ ਔਰ ਹਮ ਇਸਕੋ ਇਸ ਕੇਸ ਕੋ ਸੋਲਵ ਕਰਨੇ ਕੇ ਲੀਏ ਪੂਰੇ ਕੋਸ਼ਿਸ਼ ਕਰ ਰਹੇ ਹੈ ਔਰ ਜਲਦੀ ਸੋਲਵ ਕਰ ਰਹੇ ਹੈ ਥੈਂਕ ਯੂ ਦੇਖੀਏ ਕੋਈ ਕੋਈ ਜਾਨਮਾਲ ਕਾ ਨੁਕਸਾਨ ਨਹੀਂ ਹੁਆ ਹੈ ਔਰ ਬਾਕੀ ਇਨਵੈਸਟੀਗੇਸ਼ਨ ਜੋ ਨਿਕਲੇਗਾ ਉਹ ਆਪਕੇ ਗ੍ਰਿਫਤਾਰੀ ਹੋਗੀ ਤੋ ਬਤਾ ਦੀ ਜਾਏਗੀ ਥੈਂਕ ਯੂ